ਕੋਈ ਪਜਾਇ ਨਹੀਂ, ਕੋਈ ਪਜਾਇ ਝੂਠ ਬੋਲਦੇ, ਪੁੱਛ ਲਿਆ ਉਹਨੂੰ, ਪੁੱਛ ਅਸੀਂ ਨਹੀਂ ਪਜਾਈ, ਤੁਸੀਂ ਝੂਠ ਬੋਲ ਰਹੇ ਹੋ। ਇੱਕ ਮਿੰਟ, ਕਿੰਨੇ ਪੈਸੇ ਮਿਲਣੇ, ਕਿੰਨੇ ਪੈਸੇ ਮਿਲਣੇ ਤੁਹਾਨੂੰ ਚੀਜ਼ਾਂ ਕਰਨੀਆਂ ਖਰਾਬ। ਜਿਹਨੇ ਗੱਲ ਕਰਨੀ ਨਾ ਵੀਰ ਪਹਿਲਾਂ ਕਰ ਗਿਆ, ਜਿਹਨੇ ਖੁਦ ਦਾ ਪ੍ਰੈਸ ਰਿਪੋਰਟਰ ਨਾ, ਖੁਦ ਦੇ ਪ੍ਰੈਸ ਰਿਪੋਰਟਰ ਤੁਸੀਂ, ਤੁਸੀਂ ਕਿੰਨੇ ਕੁ ਪੈਸੇ ਲੈਂਦੇ ਹੋ, ਤੁਹਾਡਾ ਪ੍ਰੈਸ ਰਿਪੋਰਟਰ ਨਾ ਕੋਈ ਕਿੰਨਾ ਹੁੰਦਾ ਚੀਜ਼ਾਂ ਕਰਨ ਦਾ ਵਾ। ਉਹ ਜਿਹਨੂੰ ਮੈਂ ਜਵਾਬ ਦੇਣਾ, ਮੈਂ ਭਾਈ ਨੂੰ ਦੇਤਾ ਜਵਾਬ, ਠੀਕ ਹੈ ਨਾ। ਤੁਸੀਂ ਕੀ ਹੋ, ਹਰ ਇੱਕ ਨੂੰ ਦਈ ਜਾਈਏ, ਹਰ ਇੱਕ ਨੂੰ ਦਈਏ, ਆਹ ਤੁਹਾਡੀ ਚੈਨਲ ਹੁੰਦਾ ਟੀ ਆਰ ਪੀ ਵਧਾਉਣ ਵਾਸਤੇ, ਠੀਕ ਹੈ ਨਾ। ਹੋਰ ਕੁਛ ਤੁਸੀਂ ਜੋ ਮਰਜ਼ੀ ਗਲਤ ਕਰੋ, ਉਹ ਸਭ ਜਾਇਆ ਜਾ, ਤੁਸੀਂ ਜੋ ਮਰਜ਼ੀ ਗਲਤ ਕਰੋ ਜਾਇਆ ਜਾ। ਤੁਸੀਂ ਪੁਲਿਸ ਅਫਸਰ, ਤੁਸੀਂ ਖੁਦ ਦੀ ਗਲਤੀ ਕਰ ਰਹੇ ਹੋ। ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਵਿੱਚੋਂ ਇਹ ਜਿਹੜਾ ਹੂਟਰ ਹੈ ਇਹ ਉਤਾਰਿਆ ਗਿਆ ਹੈ, ਜਦਕਿ ਕੋਈ ਵੀ ਹੂਟਰ ਜਿਹੜਾ ਹੈ ਗੱਡੀ 'ਚ ਨਹੀਂ ਲਗਾ ਸਕਦਾ ਅਤੇ ਨਾ ਹੀ ਵਜਾ ਸਕਦਾ। ਦੂਸਰੇ ਪਾਸੇ ਪੰਜਾਬ ਪੁਲਿਸ ਦੇ ਸਟਿੱਕਰ ਵੀ ਲੱਗੇ ਹੋਏ ਨੇ ਅਤੇ ਕਹਿ ਰਹੇ ਨੇ ਕਿ ਪੰਜਾਬ ਪੁਲਿਸ 'ਚੋਂ ਰਿਟਾਇਰਡ ਹਾਂ। ਬਟਾਲਾ ਟ੍ਰੈਫਿਕ ਪੁਲਿਸ ਇਸ ਵੇਲੇ ਪੂਰੀ ਮੁਸਤੈਦੀ ਦਿਖਾਉਂਦੀ ਨਜ਼ਰ ਆ ਰਹੀ ਹੈ। ਅਤੇ ਗੱਲ ਕੀਤੀ ਜਾਵੇ ਬਟਾਲਾ ਗਾਂਧੀ ਚੌਂਕ ਦੀ, ਤਾਂ ਇੱਕ ਗੱਡੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਉੱਤੇ ਹੂਟਰ ਲੱਗਾ ਹੋਇਆ ਸੀ ਅਤੇ ਪੰਜਾਬ ਪੁਲਿਸ ਦੇ ਸਟਿੱਕਰ ਵੀ ਲੱਗੇ ਹੋਏ ਸੀ, ਤਾਂ ਹੂਟਰ ਵਜਾ ਕੇ ਗੱਡੀ ਨਿਕਲ ਰਹੀ ਸੀ। ਤਾਂ ਪੰਜਾਬ ਪੁਲਿਸ ਬਟਾਲਾ ਦੇ ਵੱਲੋਂ ਇੱਥੇ ਇਸ ਨੂੰ ਰੋਕਿਆ ਗਿਆ ਹੈ, ਰੋਕ ਕੇ ਇਸ ਦੀ ਸਾਰੀ ਚੈਕਿੰਗ ਕੀਤੀ ਗਈ ਹੈ। ਪੰਜਾਬ ਪੁਲਿਸ 'ਚੋਂ ਰਿਟਾਇਰਡ ਹੋ ਭਾਜੀ ਤੁਸੀਂ? ਭਾਜੀ ਤੁਸੀਂ ਪਾਕਿਸਤਾਨ 'ਚੋਂ ਆਏ? ਪਾਕਿਸਤਾਨ 'ਚੋਂ ਰਿਟਾਇਰਡ ਹੋਏ ਤੁਸੀਂ? ਹੂਟਰ ਲਗਾਉਣਾ ਕਿੰਨਾ ਕੁ ਜਾਇਜ਼ ਆ? ਹੂਟਰ ਲਗਾਉਣਾ ਕਿੰਨਾ ਕੁ ਜਾਇਜ਼ ਆ? ਕਰ ਲਈ ਵੀਰ ਨਾ ਆਪਾਂ, ਠੀਕ ਹੈ ਨਾ, ਟ੍ਰੈਫਿਕ ਵੀ ਸਾਈਡ ਤੇ ਕਰੋ ਨਾ ਫਿਰ, ਦਿਮਾਗ ਖਰਾਬ। ਤੁਸੀਂ ਦੇਖ ਸਕਦੇ ਹੋ ਕਿ ਆਪਣੀ ਗਲਤੀ ਹੈ ਤੇ ਆਪਣੀ ਗਲਤੀ ਦੇ ਉੱਤੇ ਵੀ ਗੁੱਸਾ ਕਰਦੇ ਨਜ਼ਰ ਆ ਰਹੇ ਨੇ। ਪੰਜਾਬ ਪੁਲਿਸ 'ਚੋਂ ਖੁਦ ਰਿਟਾਇਰ ਨੇ ਅਤੇ ਫਿਰ ਵੀ ਅਣਗਹਿਲੀਆਂ ਕਰਦੇ ਨਜ਼ਰ ਆ ਰਹੇ ਨੇ। ਹੂਟਰ ਲਗਾ ਕੇ ਗੱਡੀ ਨਿਕਲ ਰਹੀ ਸੀ ਅਤੇ ਜੇ ਇਹਨਾਂ ਕੋਲ ਪੁੱਛਿਆ ਜਾ ਰਿਹਾ ਤਾਂ ਗੁੱਸਾ ਕਰਦੇ ਨਜ਼ਰ ਆ ਰਹੇ। ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਵਿੱਚੋਂ ਇਹ ਜਿਹੜਾ ਹੂਟਰ ਹੈ ਇਹ ਉਤਾਰਿਆ ਗਿਆ ਹੈ, ਜਦਕਿ ਕੋਈ ਵੀ ਹੂਟਰ ਜਿਹੜਾ ਹੈ ਗੱਡੀ 'ਚ ਨਹੀਂ ਲਗਾ ਸਕਦਾ ਅਤੇ ਨਾ ਹੀ ਵਜਾ ਸਕਦਾ। ਦੂਸਰੇ ਪਾਸੇ ਪੰਜਾਬ ਪੁਲਿਸ ਦੇ ਸਟਿੱਕਰ ਵੀ ਲੱਗੇ ਹੋਏ ਨੇ ਅਤੇ ਕਹਿ ਰਹੇ ਨੇ ਕਿ ਪੰਜਾਬ ਪੁਲਿਸ 'ਚੋਂ ਰਿਟਾਇਰਡ ਹਾਂ ਅਤੇ ਰਿਟਾਇਰਡ ਹੋਣ ਦੇ ਨਾਤੇ ਵੀ ਖੁਦ ਗਲਤੀਆਂ ਕਰਦੇ ਨਜ਼ਰ ਆ ਰਹੇ। ਅਤੇ ਹੁਣ ਟ੍ਰੈਫਿਕ ਪੁਲਿਸ ਬਟਾਲਾ ਦੇ ਵੱਲੋਂ ਇਹਨਾਂ ਦਾ ਚਲਾਨ ਜਿਹੜਾ ਹੈ ਉਹ ਮੌਕੇ ਦੇ ਉੱਤੇ ਕੱਟਿਆ ਜਾ ਰਿਹਾ ਹੈ। ਜੇ ਗਲਤੀ ਕਰਕੇ ਵੀ ਗੁੱਸਾ ਜਿਹੜਾ ਹੈ ਉਹ ਜ਼ਾਹਿਰ ਤੌਰ 'ਤੇ ਇਹਨਾਂ ਦਾ ਦਿਖਾਉਣਾ ਜਿਹੜਾ ਹੈ ਉਹ ਬਿਲਕੁਲ ਹੀ ਗਲਤ ਹੈ। ਗੁੱਸਾ ਜ਼ਰੂਰ ਇਹਨਾਂ ਨੂੰ ਆਇਆ ਹੈ ਪਰ ਕਿਤੇ ਨਾ ਕਿਤੇ ਜਿਹੜੀ ਗਲਤੀ ਹੈ ਉਸ ਨੂੰ ਮੰਨਦੇ ਨਜ਼ਰ ਨਹੀਂ ਆ ਰਹੇ। ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਹੁਣ ਬਟਾਲਾ ਟ੍ਰੈਫਿਕ ਪੁਲਿਸ ਦੇ ਵੱਲੋਂ ਚਲਾਨ ਵੀ ਇਹਨਾਂ ਦਾ ਕੱਟਿਆ ਜਾ ਰਿਹਾ ਹੈ। ਇੱਕ ਖੁਦ ਪੁਲਿਸ ਮੁਲਾਜ਼ਮ ਹੋਣ ਦੇ ਨਾਤੇ ਰਿਟਾਇਰਡ ਹੋਏ ਨੇ ਫਿਰ ਵੀ ਗਲਤੀਆਂ ਕਰਦੇ ਨਜ਼ਰ ਆ ਰਹੇ ਅਤੇ ਇਹ ਹੂਟਰ ਜਿਹੜਾ ਹੈ ਗੱਡੀ 'ਚੋਂ ਉਤਾਰਿਆ ਗਿਆ ਹੈ। ਤਾਂ ਉਲਟਾ ਪੁਲਿਸ ਦੇ ਨਾਲ ਅਤੇ ਪ੍ਰੈਸ ਦੇ ਨਾਲ ਜਵਾਬ ਤਲਦੀ ਵੀ ਕਰਦੇ ਨਜ਼ਰ ਆ ਰਹੇ ਨੇ। ਜੇ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਕਿ ਹਾਲੇ ਵੀ ਗਲਤ ਬੋਲਦੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ। ਦੂਸਰੇ ਪਾਸੇ ਹੁਣ ਬਟਾਲਾ ਪੁਲਿਸ ਦੇ ਵੱਲੋਂ ਇਹਨਾਂ ਦਾ ਚਲਾਨ ਜਿਹੜਾ ਹੈ ਉਹ ਕੱਟਿਆ ਗਿਆ ਹੈ। ਪੁਲਿਸ ਵੱਲੋਂ ਜਦੋਂ ਰੋਕਿਆ ਗਿਆ ਸੀ ਤਾਂ ਇਹਨਾਂ ਵੱਲੋਂ ਗੱਡੀ ਵੀ ਭਜਾਈ ਗਈ ਹੈ, ਪਰ ਟ੍ਰੈਫਿਕ ਹੋਣ ਦੇ ਨਾਤੇ ਇਹਨਾਂ ਕੋਲੋਂ ਗੱਡੀ ਜਿਹੜੀ ਆ ਉਹ ਰੋਕੀ ਗਈ ਆ। ਗੱਲਬਾਤ ਕਰ ਲੈਂਦੇ ਹਾਂ ਭਾਜੀ ਮਨਜਿੰਦਰ ਜੀ, ਕੀ ਹਾਲਾਤ ਸੀ ਜਦੋਂ ਤੁਸੀਂ ਇਹਨਾਂ ਨੂੰ ਗੱਡੀ ਰੋਕਣ ਲਈ ਕਿਹਾ, ਕੀ ਹਾਲਾਤ ਸੀ? ਗੱਡੀ ਦੇਖੋ ਜੀ, ਇਹ ਸਾਇਰਨ ਵਾਜ ਕੇ ਲੰਘੀ ਤਾਂ ਟ੍ਰੈਫਿਕ ਵਿੱਚ ਸੀਗੀ, ਫਿਰ ਮੈਂ ਪਿੱਛੋਂ ਤੁਸੀਂ ਦੱਸਿਆ ਕਿ ਗੱਡੀ ਹੂਟਰ ਵੱਜਿਆ ਅਤੇ ਮੈਨੂੰ ਵੀ ਸੁਣ ਗਿਆ ਸੀਗਾ। ਉਸ ਤੋਂ ਬਾਅਦ ਮੈਂ ਆਣ ਕੇ ਦੌੜ ਕੇ ਅਤੇ ਇਹਨੂੰ ਸਾਈਡ 'ਤੇ ਲਗਵਾਇਆ ਗੱਡੀ ਨੂੰ, ਫਿਰ ਇਹਦਾ ਆਣ ਕੇ ਇਹਦਾ ਹੂਟਰ ਲਾਇਆ ਗਿਆ। ਹੂਟਰ 'ਤੇ ਕੋਈ ਸਟਿੱਕਰ ਵੀ ਲੱਗੇ ਹੋਏ ਪੰਜਾਬ? ਸਟਿੱਕਰ ਇੱਕ ਅੱਗੇ ਲੱਗਾ ਜੀ, ਇੱਕ ਪਿੱਛੇ ਲੱਗਾ, ਜਿਹੜਾ
ਉਹ ਵੀ ਇਹ ਕਹਿੰਦੇ ਕਿ ਅਸੀਂ ਰਿਟਾਇਰ ਪੁਲਿਸ ਅਫਸਰ ਹਾਂ ਬਟ ਇਹ ਭਾਵੇਂ ਔਨ ਡਿਊਟੀ ਆ ਜਾਂ ਰਿਟਾਇਰ ਹਾਂ ਅਸੀਂ ਨਹੀਂ ਲਗਾ ਸਕਦੇ। ਜਦੋਂ ਮੈਂ ਗੱਲ ਕਰਨੀ ਚਾਹੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ, ਹਾਲੇ ਵੀ ਗੁੱਸੇ 'ਚ ਨਜ਼ਰ ਆ ਰਹੇ ਨੇ, ਕਿਤੇ ਨਾ ਕਿਤੇ ਆਪਣੀ ਗਲਤੀ ਨਹੀਂ ਮੰਨ ਰਹੇ। ਪਰ ਫਿਰ ਵੀ ਜੇ ਗੱਲ ਕੀਤੀ ਜਾਵੇ ਤਾਂ ਹੂਟਰ ਜਿਹੜਾ ਹੈ ਇਹ ਉਤਾਰਿਆ ਗਿਆ ਹੈ ਭਾਜੀ। ਹੂਟਰ ਲਗਾਉਣੀ ਕਿੰਨੀ ਕੁ, ਹੂਟਰ ਲਗਾਉਣਾ ਕਿੰਨਾ ਕੁ ਵਾਜਬ ਆ, ਹੂਟਰ ਲਗਾਉਣਾ ਕਿੰਨਾ ਕੁ ਵਾਜਬ? ਚਲਾਨ ਕੱਟਿਆ ਗਿਆ, ਕੰਮ ਖਤਮ ਹੋ ਗਿਆ, ਜਾਓ। ਠੀਕ ਆ, ਚਲਾਨ ਇਹਨਾਂ ਦਾ ਕੱਟਿਆ ਗਿਆ ਹੈ ਪਰ ਹਾਲੇ ਵੀ ਗੁੱਸੇ 'ਚ ਪਤਾ ਨਹੀਂ ਕਿਉਂ ਨਜ਼ਰ ਆ ਰਹੇ ਨੇ, ਆਪਣੀ ਗਲਤੀ ਹੋਣ ਦੇ ਨਾਤੇ ਵੀ ਗੁੱਸੇ 'ਚ ਨਜ਼ਰ ਆ ਰਹੇ। ਘਰ 'ਚ ਕੋਈ ਪ੍ਰੋਬਲਮ ਆਈ ਜੇ ਕੋਈ ਜਾਣਦੀ ਹੈ ਤੁਹਾਨੂੰ ਕਿੰਨਾ ਕੁ ਜਾਇਜ਼ ਆ ਹੂਟਰ ਲਗਾਉਣਾ, ਤੁਹਾਨੂੰ ਕਿੰਨਾ ਕੁ ਜਾਇਜ਼ ਆ? ਚਲਾਨ ਕੱਟਿਆ ਗਿਆ, ਚਲਾਨ ਕੱਟਿਆ, ਤੁਹਾਡੇ ਵੱਲੋਂ ਕਿੰਨਾ ਕੁ ਜਾਇਜ਼ ਆ ਗੱਡੀ ਨੂੰ ਭਜਾਉਣਾ? ਗੱਡੀ ਨੂੰ ਕੋਈ ਭਜਾਇਆ ਨਹੀਂ, ਕੋਈ ਭਜਾਇਆ, ਝੂਠ ਬੋਲਦੇ, ਪੁੱਛ ਲਿਆ ਉਹਨੂੰ, ਪੁੱਛ ਤੁਸੀਂ ਦੱਸ ਦਿਓ ਅਸੀਂ ਨਹੀਂ ਭਜਾਈ, ਤੁਸੀਂ ਝੂਠ ਬੋਲ ਰਹੇ ਹੋ। ਇੱਕ ਮਿੰਟ, ਕਿੰਨੇ ਪੈਸੇ ਮਿਲਣੇ ਤੁਹਾਨੂੰ ਚੀਜ਼ਾਂ ਕਰਨ ਨੂੰ? ਦਿਮਾਗ ਖਰਾਬ, ਜਿਹਨੇ ਗੱਲ ਕਰਨੀ ਨਾ ਵੀਰ ਪਹਿਲਾਂ ਕਰ ਗਿਆ, ਜਿਹਨੇ ਤੁਹਾਡਾ ਖੁਦ ਦਾ ਪ੍ਰੈਸ ਰਿਪੋਰਟਰ ਆ, ਖੁਦ ਦੇ ਪ੍ਰੈਸ ਰਿਪੋਰਟਰ ਤੁਸੀਂ, ਤੁਸੀਂ ਕਿੰਨੇ ਕੁ ਪੈਸੇ ਲੈਂਦੇ ਹੋ? ਤੁਹਾਡਾ ਪ੍ਰੈਸ ਰਿਪੋਰਟਰ ਨਾ ਕੋਈ ਕਿੰਨਾ ਹੁੰਦਾ ਚੀਜ਼ਾਂ ਕਰਨ ਦਾ ਵਾ? ਉਹ ਜਿਹਨੂੰ ਮੈਂ ਜਵਾਬ ਦੇਣਾ, ਮੈਂ ਭਾਈ ਨੂੰ ਦੇਤਾ ਜਵਾਬ, ਠੀਕ ਹੈ ਨਾ? ਤੁਸੀਂ ਕੀ ਹੋ? ਹਰ ਇੱਕ ਨੂੰ ਦਈਏ, ਹਰ ਇੱਕ ਨੂੰ ਦਈਏ, ਆਹ ਤੁਹਾਡੀ ਚੈਨਲ ਹੁੰਦਾ ਟੀ ਆਰ ਪੀ ਵਧਾਉਣ ਵਾਸਤੇ, ਠੀਕ ਹੈ ਨਾ? ਹੋਰ ਕੁਛ ਨਹੀਂ ਹੁੰਦਾ, ਤੁਸੀਂ ਜੋ ਮਰਜ਼ੀ ਗਲਤ ਕਰੋ ਉਹ ਸਭ ਜਾਇਜ਼ ਆ, ਤੁਸੀਂ ਜੋ ਮਰਜ਼ੀ ਗਲਤ ਕਰੋ ਜਾਇਜ਼ ਆ। ਤੁਸੀਂ ਪੁਲਿਸ ਅਫਸਰ ਹੋ, ਤੁਸੀਂ ਖੁਦ ਹੀ ਗਲਤੀ ਕਰ ਰਹੇ ਹੋ, ਤੁਸੀਂ ਖੁਦ ਹੀ ਗਲਤੀ ਕਰੀ ਜਾ ਰਹੇ ਹੋ ਭਾਜੀ। ਕਿੰਨਾ ਕੁ ਜਾਇਜ਼ ਆ ਹੂਟਰ ਲਗਾਉਣਾ ਜਾਂ ਇਹਨਾਂ ਦਾ ਰਵੱਈਆ? ਨਹੀਂ, ਜਾਇਜ਼ ਨਹੀਂ ਹੈਗਾ ਜੀ। ਇੱਕ ਤਾਂ ਗਲਤੀ ਕਰਦੇ ਹੋ ਤੋਂ ਅਸੀਂ ਕਿਸੇ ਪਬਲਿਕ ਦੇ ਵਿੱਚ ਜਿਹੜਾ ਆਪਾਂ ਪੱਤਰਕਾਰਾਂ ਨਾਲ ਮਿਸਬਿਹੇਵ ਕਰ ਰਹੇ ਹਾਂ, ਬਹੁਤ ਮਾੜੀ ਗੱਲ ਹੈ। ਨਾਲ ਵੀ ਮਿਸਬਿਹੇਵ ਕੀਤਾ, ਗੱਡੀ ਵੀ ਭਜਾਈ? ਬਿਲਕੁਲ ਕੀਤੀ ਹੈ, ਗੱਡੀ ਭਜਾਈ ਹੈ, ਮੈਨੂੰ ਰੋਕਿਆ ਦੌੜ ਕੇ ਅਤੇ ਫਿਰ ਮੈਂ ਰੋਕਿਆ, ਫਿਰ ਸਾਈਡ 'ਤੇ ਲਗਾ ਕੇ ਫਿਰ ਇਹਦਾ ਚਲਾਨ ਕੱਟਿਆ ਗਿਆ ਅਤੇ ਹੂਟਰ ਲਾਇਆ ਗਿਆ ਜੀ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਤਾਂ ਗਲਤੀ ਕੀਤੀ, ਇੱਕ ਉਲਟਾ ਪੁਲਿਸ ਦੇ ਨਾਲ ਵੀ ਜਵਾਬ ਤਲਬੀ ਅਤੇ ਪ੍ਰੈਸ ਦੇ ਨਾਲ ਵੀ ਜਵਾਬ ਤਲਬੀ। ਖੁਦ ਪੁਲਿਸ ਦੇ ਵਿੱਚੋਂ ਰਿਟਾਇਰਡ ਹਨ ਅਤੇ ਖੁਦ ਹੀ ਗਲਤੀਆਂ ਕਰਦੇ ਨਜ਼ਰ ਆ ਰਹੇ ਨੇ, ਅਤੇ ਜੇਕਰ ਪੁਲਿਸ ਨੇ ਰੋਕਿਆ ਹੈ ਜਾਂ ਫਿਰ ਪ੍ਰੈਸ ਨੇ ਗੱਲ ਕਰਨੀ ਚਾਹੀ ਹੈ ਤਾਂ ਪੁਲਿਸ ਨਾਲ ਵੀ ਜਵਾਬ ਤਲਬੀ ਅਤੇ ਪ੍ਰੈਸ ਨਾਲ ਵੀ ਜਵਾਬ ਤਲਬੀ। ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਹੂਟਰ ਜੋ ਬਿਲਕੁਲ ਨਜਾਇਜ਼ ਹੈ, ਉਹ ਹੂਟਰ ਪੁਲਿਸ ਦੇ ਵੱਲੋਂ ਗੱਡੀ 'ਚੋਂ ਉਤਾਰਿਆ ਗਿਆ, ਤਾਂ ਪੁਲਿਸ ਅਫਸਰ ਖੁਦ ਮਨਜਿੰਦਰ ਸਿੰਘ ਵੀ ਦੱਸ ਰਹੇ ਨੇ ਕਿ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦੇ ਵੱਲੋਂ ਗੱਡੀ ਵੀ ਭਜਾਈ ਗਈ। ਕੈਮਰਾ ਪਰਸਨ ਪਰਮਿੰਦਰ ਦੇ ਨਾਲ ਭੋਪਾਲ ਸਿੰਘ, ਪੰਜਾਬ ਨਿਊਜ਼, ਬਟਾਲਾ।